ਗੁੱਡ ਮਾਰਨਿੰਗ ਸਟੂਡੈਂਟਸ ਹਾਊ ਆਰ ਯੂ ਆਈ ਹੋਪ ਯੂ ਆਰ ਆਲ ਫ਼ਾਈਨ ਬੇਟਾ ਅੱਜ ਮੈਂ ਤੁਹਾਨੂੰ ਅਧਿਆਪਕ ਦਿਵਸ ਲੇਖ ਸਮਝਾਉਣ ਜਾ ਰਹੀ ਆ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਬੱਚੇ ਇਸ ਨੂੰ ਧਿਆਨ ਨਾਲ ਸਮਝੋਗੇ ਅਧਿਆਪਕ ਦਿਵਸ ਅਧਿਆਪਕ ਦਿਵਸ ਸਾਰੇ ਅਧਿਆਪਕਾਂ ਨੂੰ ਸਮਰਪਿਤ ਇੱਕ ਤਿਹਾਰ ਹੈ ਇਹੀ ਹਰ ਸਾਲ 5 ਸਤੰਬਰ ਨੂੰ ਸਾਰੇ ਭਾਰਤ ਵਿੱਚ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ ਮਨਾਇਆ ਜਾਂਦਾ ਹੈ 5 ਸਤੰਬਰ 1888 ਨੂੰ ਭਾਰਤ ਦੇ ਮਹਾਨ ਅਧਿਆਪਕ ਡਾਕਟਰ ਸਰਪੱਲੀ ਰਾਧਾਕ੍ਰਿਸ਼ਨ ਦਾ ਜਨਮ ਦਿਨ ਸੀ ਉਹ ਇੱਕ ਮਹਾਨ ਅਧਿਆਪਕ ਤੇ ਭਾਰ ਦੇ ਪੂਰਵ ਰਾਸ਼ਟਰਪਤੀ ਸਨ ਉਹ ਬੱਚਿਆਂ ਦੇ ਹਰਮਨ ਪਿਆਰੇ ਅਧਿਆਪਕ ਸਨ ਇਸ ਕਰਕੇ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਹੀ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ ਬੇਟਾ ਜਿਵੇਂ ਤੁਸੀਂ ਸਾਰੇ ਹੀ ਜਾਣਦੇ ਹੋ ਅਧਿਆਪਕ ਦਿਵਸ ਜਿਸ ਨੂੰ ਤੁਸੀਂ ਇੰਗਲਿਸ਼ ਵਿੱਚ ਟੀਚਰ ਡੇ ਕਹਿੰਦੇ ਹੋ ਸਾਰੇ ਸਕੂਲਾਂ ਵਿੱਚ ਇਹ ਬੜਾਈ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਕਿੰਨੇ ਤਰੀਕ ਨੂੰ 5 ਸਤੰਬਰ ਨੂੰ ਕਿਉਂ ਮਨਾਇਆ ਜਾਂਦਾ ਹੈ ਅਧਿਆਪਕਾਂ ਨੂੰ ਸਨਮਾਨਿਤ ਕਰਨ ਲਈ 5 ਸਤੰਬਰ ਨੂੰ ਕੀ ਹੋਇਆ ਸੀ ਕਿ ਭਾਰਤ ਦੇ ਜਿਹੜੇ ਮਹਾਨ ਅਧਿਆਪਕ ਸੀ ਡਾਕਟਰ ਸਰਪल्ली राधाकृष्णਨ ਉਹਨਾਂ ਦਾ ਜਨਮ ਦਿਨ ਸੀ ਉਹ ਭਾਰਤ ਦੇ ਇੱਕ ਮਹਾਨ ਅਧਿਆਪਕ ਸੀ ਤੇ ਭਾਰਤ ਦੇ ਪੂਰਵ ਰਾਸ਼ਟਰਪਤੀ ਸੀ ਬੱਚਿਆਂ ਨੂੰ ਉਹ ਹਰਮਨ ਪਿਆਰੇ ਸੀ ਇਸ ਕਰਕੇ ਉਹਨਾਂ ਦੇ ਜਨਮ ਦਿਨ ਵਾਲੇ ਦਿਨ ਹੀ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ ਵਿਦਿਅਨੂ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਉਂਦੇ ਹਨ ਉਹ ਅਧਿਆਪਕਾਂ ਦੀ ਸਨਮਾਨ ਵਿੱਚ ਨਾਟਕ ਕਵਿਤਾਵਾਂ ਅਤੇ ਗੀਤ ਆਦਿ ਸੁਣਾਉਂਦੇ ਹਨ ਵਿਦਿਆਰਥੀ ਹਰ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ ਵਿਦਿਆਰਥੀ ਆਪਣੇ ਪਾਸ਼ਨ ਵਿੱਚ ਦੱਸਦੇ ਹਨ ਕਿ ਅਧਿਆਪਕ ਦਾ ਵਿਦਿਆਰਥੀ ਦੇ ਵਿਕਸਨ ਨੂੰ ਬਣਾਉਣ ਵਿੱਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ ਇਸ ਲਈ ਸਾਨੂੰ ਹਮੇਸ਼ਾ ਆਪਣੇ ਅਧਿਆਪਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਅਧਿਆਪਕ ਦਿਨ ਵਾਲੇ ਕੀ ਕੀ ਹੁੰਦਾ ਬੇਟਾ ਤੁਸੀਂ ਵੀ ਤਾਂ ਸਕੂਲਾਂ ਵਿੱਚ ਅਧਿਆਪਕ ਦਿਵਸ ਸੈਲੀਬ੍ਰੇਟ ਕਰਦੇ ਹੋ ਨਾ ਟੀਚਰਡੇ ਬੱਚੇ ਉਸ ਦਿਨ ਬੜੇ ਖੁਸ਼ ਹੁੰਦੇ ਹਨ ਤੇ ਆਪਣੀ ਕਲਾਸ ਨੂੰ ਐਨ ਸਜਾਉਂਦੇ ਹਨ ਤੇ ਆਪਣੇ ਟੀਚਰ ਦੇ ਅਧਿਆਪਕ ਦੇ ਆਉਂਦਾ ਇੰਤਜ਼ਾਰ ਕਰਦੇ ਹਨ ਇਸ ਦਿਨ ਨੂੰ ਬੱਚੇ ਦੇ ਮਨ ਵਿੱਚ ਬੜਾ ਉਤਸ਼ਾਹ ਹੁੰਦਾ ਹੈ ਬੱਚੇ ਬਹੁਤ ਜ਼ਿਆਦਾ ਖੁਸ਼ ਹੁੰਦੇ ਹਨ ਉਹ ਅਧਿਆਪਕਾਂ ਦੇ ਸਨਮਾਨ ਵਿੱਚ ਨਾਟਕ ਕਵਿਤਾਵਾਂ ਅਤੇ ਗੀਤ ਸੁਣਾਉਂਦੇ ਹਨ ਵਿਦਿਆਰਥੀ ਕੋਈ ਵੀ ਐਕਟੀਵਿਟੀ ਕੋਈ ਵੀ ਪ੍ਰੋਗਰਾਮ ਹੋਵੇ ਉਹਦੇ ਵਿੱਚ ਵੱਧ ਛੜ ਕੇ ਹਿੱਸਾ ਲੈਂਦੇ ਹਨ ਤੇ ਅਧਿਆਪਕਾਂ ਅੱਗੇ ਆਪਣਾ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦੀਆਂ ਹਨ ਵਿਦਿਆਰਥੀ ਆਪਣੇ ਭਾਸ਼ਣ ਵਿੱਚ ਦੱਸਦੇ ਹਨ ਕਿ ਜਿਹੜੇ ਅਧਿਆਪਕ ਹੈ ਉਹਨਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਯੋਗਦਾਨ ਹੁੰਦਾ ਹੈ ਉਹ ਬੱਚੇ ਅਧਿਆਪਕ ਕਿਵੇਂ ਹੁੰਦਾ ਹੈ ਅਧਿਆਪਕ ਬੱਚਿਆਂ ਨੂੰ ਦੱਸਦੇ ਹਨ ਕਿ ਕੀ ਸਹੀ ਹੈ ਕੀ ਗਲਤ ਹੈ ਸਾਨੂੰ ਹਮੇਸ਼ਾ ਸੱਚ ਦੇ ਰਾਹ ਉਤੇ ਚੱਲਣਾ ਚਾਹੀਦਾ ਹੈ ਇੱਕ ਤਰ੍ਹਾਂ ਨਾਲ ਇਸ ਲਈ ਇੱਕ ਤਰ੍ਹਾਂ ਨਾਲ ਜਿਹੜੇ ਅਧਿਆਪਕ ਹੁੰਦੇ ਨੇ ਉਹ ਕੌਮ ਦੇ ਨਿਰਮਾਤਾ ਹੀ ਹੁੰਦੇ ਹਨ ਉਹ ਇੱਕ ਅਜੀਹਾਂ ਚਾਨਣ ਮਨਾਰਾ ਹੁੰਦੇ ਨੇ ਵਿਦਿਆਰਥੀਆਂ ਨੂੰ ਜੋ ਉਹਨਾਂ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢ ਕੇ ਗਿਆਨ ਵੱਲ ਲੈ ਕੇ ਜਾਂਦੇ ਹਨ ਇਸ ਲਈ ਬੇਟਾ ਸਾਨੂੰ ਹਮੇਸ਼ਾ ਆਪਣੇ ਅਧਿਆਪਕਾਂ ਦਾ ਸਨਮਾਨ ਅਤੇ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਧਿਆਪਕਾਂ ਲਈ ਸਾਰੇ ਬੱਚੇ ਬਰਾਬਰ ਹੁੰਦੇ ਹਨ ਉਹ ਕਦੇ ਵੀ ਕਿਸੇ ਨਾਲ ਪੱਖਪਾਤ ਨਹੀਂ ਕਰਦੇ ਅਧਿਆਪਕ ਇੱਕ ਇੱਕ ਅਧਿਆਪਕ ਅਧਿਆਪਕ ਆਪਣੇ ਵਿਦਿਆਰਥੀ ਦੇ ពਿਵਿੱਖ ਨੂੰ ਬਣਾਉਣ ਲਈ ਦਿਨ ਰਾਤ ਇੱਕ ਕਰ ਦਿੰਦਾ ਹੈ ਜਦੋਂ ਉਸ ਦੇ ਪੜ੍ਹਾਏ ਹੋਏ ਬੱਚੇ ਡਾਕਟਰ ਇੰਜੀਨੀਅਰ ਵਕੀਲ ਆਦਿ ਬੰਦੇ ਹਨ ਤਾਂ ਅਧਿਆਪਕ ਨੂੰ ਬਹੁਤ ਖੁਸ਼ੀ ਹੁੰਦੀ ਹੈ ਇਸ ਲਈ ਸਾਨੂੰ ਬੇਟਾ ਹਮੇਸ਼ਾ ਆਪਣੀ ਅਧਿਆਪਕਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਸਾਨੂੰ ਕੋਈ ਵੀ ਅਧਿਆਪਕ ਕਿਤੇ ਵੀ ਮਿਲਦਾ ਹੈ ਤਾਂ ਹਮੇਸ਼ਾ ਸਿਰ ਝੁਕਾ ਕੇ ਉਹਨਾਂ ਨੂੰ ਨਮਸਕਾਰ ਕਰਨਾ ਚਾਹੀਦਾ ਹੈ ਕਿਉਂਕਿ ਅਧਿਆਪਕ ਦਾ ਸਾਡੀ ਜ਼ਿੰਦਗੀ ਵਿੱਚ ਮਹੌਤ ਮਹੱਤਮਪੂਰਨ ਰੋਲ ਹੁੰਦਾ ਹੈ ਥੈਂਕ ਯੂ ਬਟਾ